ਪਰਮਜੀਤ ਸਿੰਘ ਢਿੱਲੋਂ ਜਿੰਦਾਬਾਦ, ਹਰ ਪਰਮਜੀਤ ਸਿੰਘ ਢਿੱਲੋਂ ਜਿੰਦਾਬਾਦ, ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ, ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ। ਮੇਰਾ ਨਾਮ ਜੀ ਸੁਰਿੰਦਰ ਕੌਰ ਕੌਫੀ, ਮੈਂ ਵਾਰਡ ਨੰਬਰ 5 ਤੋਂ ਮੌਜੂਦਾ ਕੌਂਸਲਰ ਹਾਂ। ਮੈਂ ਅੱਜ ਤੋਂ 24-25 ਸਾਲ ਪਹਿਲਾਂ ਤੋਂ ਮੈਂ ਕਾਂਗਰਸ ਵਿੱਚ ਆਪਣਾ ਸੇਵਾ ਨਿਭਾ ਰਹੀ ਸੀ, ਬੜੀ ਮਿਹਨਤ ਦਿਨ ਭਰ ਰਾਤ ਇੱਕ ਕੀਤਾ। ਮੈਂ ਅਮਰੀਕ ਸਿੰਘ ਢਿੱਲੋਂ ਦੀ ਪਾਰਟੀ ਵਿੱਚ ਨਾਲ ਜੁੜ ਕੇ MLA ਸਾਹਿਬ ਦੇ ਨਾਲ ਮੈਂ ਬਹੁਤ ਮਿਹਨਤ ਕੀਤੀ ਆ, ਪਰ ਜਿਸ ਟਾਈਮ ਇਹਨਾਂ ਨੇ ਹੁਣ ਲੋਕਾਂ ਦੀਆਂ ਗੱਲਾਂ ਦੇ ਵਿੱਚ ਆ ਕੇ ਮੈਨੂੰ ਪਾਰਟੀ 'ਚੋਂ ਬਾਹਰ ਕੱਢਿਆ ਗਿਆ। ਇਸ ਕਰਕੇ ਮੈਂ ਇਸ ਪਾਰਟੀ ਦੀ ਨਿਖੇਧੀ ਕਰਦੀ ਹਾਂ ਕਿ ਇਸ ਪਾਰਟੀ ਨੂੰ ਕਿਸੇ ਇਨਸਾਨ ਦੀ ਕਦਰ ਨਹੀਂ ਹੈਗੀ। ਜਿਹੜੇ ਚਾਰ ਸਵੇਰੇ ਫਿਰਦੇ ਨੇ ਇਨਸਾਨ, ਉਹਨਾਂ ਦੇ ਮਗਰ ਲੱਗ ਲੱਗ ਕੇ ਇਹਨਾਂ ਨੇ ਇਹ ਕੰਮ ਕੀਤਾ। ਮੈਨੂੰ ਇਸ ਗੱਲ ਦਾ ਵੀ ਬਹੁਤ ਦੁੱਖ ਲੱਗਿਆ। ਮੈਂ ਵੇਟ ਵੀ ਕੀਤੀ ਇਸ ਗੱਲ ਦੀ ਵੀ ਕੋਈ ਮੈਨੂੰ ਜਾਂ ਰਾਜਾ ਬੜਿੰਗ ਜਾਂ ਰਾਜਾ ਗਿੱਲ ਜਾਂ ਕੋਈ ਵੀ ਇਹਨਾਂ ਦਾ ਸੀਨੀਅਰ ਪ੍ਰਧਾਨ ਆ ਕੇ ਮੇਰੇ ਨਾਲ ਗੱਲ ਕਰੂਗਾ, ਅਤੇ ਮੈਂ ਇੰਨਾ ਮੌਕਾ ਦੇਖਦੀ ਰਹੀ ਹਾਂ, ਪਰ ਇਹਨਾਂ ਨੇ ਮੇਰੇ ਨਾਲ ਕਿਸੇ ਨੇ ਕੋਈ ਰਾਬਤਾ ਨਹੀਂ ਕੀਤਾ ਹੈਗਾ ਵੀ ਜਾਂ ਮੈਡਮ ਕੀ ਗੱਲ ਆ ਕੀ ਬਾਤ ਆ। ਮੇਰਾ ਮਨ ਬਹੁਤ ਦੁਖੀ ਹੋ ਕੇ ਮੈਂ ਅੱਜ ਆਪਣੀ ਮਨ ਦੇ ਨਾਲ ਸੋਚ ਵਿਚਾਰ ਕੇ ਮੈਂ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋ ਗਈ ਹਾਂ। ਮੈਂ ਜਾ ਕੇ ਪ੍ਰਧਾਨ ਸਾਹਿਬ ਨੂੰ ਮਿਲੀ, ਸੁਖਬੀਰ ਸਿੰਘ ਬਾਦਲ ਨੂੰ ਮਿਲੀ, ਫਿਰ ਮੈਂ ਜਾ ਕੇ ਉੱਥੇ ਦਫ਼ਤਰ ਦੇ ਵਿੱਚ ਸਰੋਪਾ ਪਵਾਇਆ ਆਪਣੇ ਤੋਂ ਭੁੰਦੜ ਸਾਹਿਬ ਤੋਂ। ਮੈਂ ਬਹੁਤ ਖੁਸ਼ ਹਾਂ। ਮੈਂ ਇੱਥੇ ਜੀ ਮੈਂ 24-25 ਸਾਲ ਮੈਂ ਕਾਂਗਰਸ ਪਾਰਟੀ ਵਿੱਚ ਮਿਹਨਤ ਕਰੀ ਆ, ਮੈਂ ਇਸ ਪਾਰਟੀ ਵਿੱਚ ਵੀ ਆਪਣੇ ਤਨੋਂ ਔਰ ਮਨੋਂ ਮੈਂ ਦਿਨ ਭਰ ਰਾਤ ਇੱਕ ਕਰਕੇ ਮਿਹਨਤ ਕਰੂੰਗੀ। ਇਸ ਪਾਰਟੀ ਦੀ ਕਾਮਯਾਬੀ ਵਾਸਤੇ ਮੈਂ ਮਿਹਨਤ ਕਰੂੰਗੀ ਪੂਰੀ। ਮੈਂ ਸਾਰਿਆਂ ਦੇ ਸਹਿਯੋਗ ਨਾਲ ਔਰ ਆਪਣੇ ਜੋ ਵੀ ਮੇਰਾ ਪਰਮਜੀਤ ਸਿੰਘ ਢਿੱਲੋਂ ਆਪਣਾ ਪਾਰਟੀ ਦਾ ਆਪਣਾ ਹੈਗਾ ਇੰਚਾਰਜ ਹੈ, ਇੱਥੇ ਦਾ ਹਲਕਾ ਇੰਚਾਰਜ ਆ, ਮੈਂ ਉਹਦੇ ਨਾਲ ਜੁੜ ਕੇ ਚੱਲੂੰਗੀ। ਮੈਂ ਹਰ ਇੱਕ ਦੀ ਇੱਜ਼ਤ ਔਰ ਮਾਣ, ਪਰ ਮੈਨੂੰ ਇੱਕ ਗੱਲ ਦਾ ਦੁੱਖ ਬਹੁਤ ਆ, ਪਰ ਇਹਨਾਂ ਨੇ ਜੇ ਮੈਨੂੰ ਪਾਰਟੀ 'ਚੋਂ ਕੱਢਣਾ ਸੀਗਾ, ਪਰ ਉਹ ਮੈਨੂੰ ਇੱਕ ਵਾਰੀ ਜਾਂ ਫੋਨ 'ਤੇ ਜਾਂ ਕਿਸੇ ਬੰਦੇ ਦੇ ਰਾਹੀਂ ਮੈਨੂੰ ਬੁਲਾਉਂਦੇ ਜਾਂ ਮੇਰੇ ਨਾਲ ਗੱਲ ਕਰਦੇ, ਫਿਰ ਮੈਨੂੰ ਇਹ ਸਜ਼ਾ ਦਿੰਦੇ। ਪਰ ਮੈਂ ਇਸ ਪਾਰਟੀ ਦੀ ਨਿਖੇਧੀ ਕਰਦੀ ਹਾਂ, ਇਹ ਘਟੀਆ ਪਾਰਟੀ ਆ, ਇਹ ਕਿਸੇ ਦੀ ਕਦਰ ਨਹੀਂ ਕਰਦੀ। ਇਸੇ ਤਰ੍ਹਾਂ ਹੀ ਪਹਿਲਾਂ ਅਮਰੀਕ ਸਿੰਘ ਢਿੱਲੋਂ ਚਾਰ ਪੰਜ ਵਾਰ ਇਲੈਕਸ਼ਨ ਜਿੱਤੇ, ਪਾਰਟੀ ਖੜੀ ਕੀਤੀ ਕਾਂਗਰਸ ਪਾਰਟੀ, ਉਹਨਾਂ ਨਾਲ ਹੀ ਇੱਥੋਂ ਚੱਲਦੀ ਸੀਗੀ। ਇਹਨਾਂ ਨੇ ਉਹਨਾਂ ਦੀ ਵੀ ਕੋਈ ਕਦਰ ਨਹੀਂ ਕੀਤੀ। ਉਹਨਾਂ ਨੇ ਕਿੰਨੀ ਵਾਰੀ ਇਹਨਾਂ ਨੂੰ ਮਿਲਣ ਦੀ ਕੋਸ਼ਿਸ਼ ਕੀਤੀ, ਇਹਨਾਂ ਦੀ ਵੇਟ ਕੀਤੀ, ਇਸੇ ਕਰਕੇ ਹੀ ਉਹਨਾਂ ਨੇ ਵੀ ਬਸ ਟੈਕ ਕੇ ਬੈਠ ਗਏ ਵਿਚਾਰੇ। ਪਰ ਮੈਂ ਬਹੁਤ ਦੁਖੀ ਹੋ ਕੇ, ਮੈਂ ਤਾਂ ਹੁਣ ਖੁਸ਼ ਹੋ ਕੇ ਕੀਤੀ ਆ ਪਾਰਟੀ ਜੁਆਇਨ ਕੀਤੀ ਆ ਆਪਣੇ ਅਕਾਲੀ ਦਲ ਸ਼੍ਰੋਮਣੀ। ਵਾਰਡ ਸਾਰਾ ਮੇਰੇ ਵਾਰਡ ਕੀ ਮੇਰੇ ਨਾਲ, ਮੇਰਾ ਸਾਰਾ ਸ਼ਹਿਰ ਮੇਰੇ ਨਾਲ। ਇੱਕ ਵਾਰਡ ਦੀ ਮੈਂ ਗੱਲ ਕਰੂੰਗੀ, ਕਿਉਂਕਿ ਮੈਂ ਜਦ 20-25 ਸਾਲ ਦੀ ਮੈਂ ਇਸ ਲੋਕਾਂ 'ਚ ਵਿਚਰਦੀ ਹਾਂ, ਮੇਰੇ ਨਾਲ ਸਾਰਾ ਸ਼ਹਿਰ ਹੈ, ਬਿਲਕੁਲ 100% ਆਉਣਗੇ, ਮੈਨੂੰ ਪੂਰੀ ਉਮੀਦ ਆ, ਕਿਉਂਕਿ ਉਹ ਵੀ ਸਭ ਦੁਖੀ ਹੋਏ ਹੋਏ ਨੇ। ਕਿਉਂਕਿ ਕਿਸੇ ਨੂੰ ਪਾਰਟੀ ਜਿਹੜੀ ਕਾਂਗਰਸ ਪਾਰਟੀ ਆ ਨਾ, ਕਿਸੇ ਨੂੰ ਕੁਛ ਨਹੀਂ ਰਹੀ, ਕਿਸੇ ਇਨਸਾਨ ਦੀ ਕਦਰ ਨਹੀਂ, ਇਹਨਾਂ ਨੂੰ ਪਰਖ ਹੀ ਨਹੀਂ ਹੈਗੀ, ਆਪਣੀ ਈਗੋ 'ਚ ਫਿਰ ਰਹੇ ਨੇ। ਇੱਥੇ ਦੇ ਮੂਹਰੇ ਨੁਮਾਇੰਦੇ ਬਣਾਏ ਹੋਏ ਨੇ ਇਹਨਾਂ ਨੇ ਨਾ, ਉਹ ਕੱਲ੍ਹ ਦੇ ਬੱਚੇ ਨੇ, ਉਹਨਾਂ ਨੂੰ ਕੋਈ ਨੌਲੇਜ ਨਹੀਂ ਕਿਸੇ ਗੱਲ ਦੀ ਹੈਗੀ। ਜਿਹੜੇ ਪੁਰਾਣੇ ਵਰਕਰ ਆ ਉਹਨਾਂ ਨੂੰ ਤਾਂ ਪਿੱਛੇ ਕਰਦੇ ਨੇ, ਇਹਨਾਂ ਦੇ ਨਵਿਆਂ ਦੇ ਕਹਿਣ 'ਤੇ ਹੀ ਵਰਕਰਾਂ ਨੂੰ ਬਾਹਰ ਕੱਢਦੇ ਨੇ। ਇਹਨਾਂ ਦਾ ਇਹ ਹੱਕ ਨਹੀਂ ਬਣਦਾ, ਇਹਨਾਂ ਦਾ ਇਹ ਫਰਜ਼ ਬਣਦਾ, ਆਪ ਆ ਕੇ ਬੰਦੇ ਨੂੰ ਮਿਲਣ, ਘਰ ਬੈਠ ਕੇ ਉਹਨਾਂ ਦੇ ਮਨ ਦੀ ਗੱਲ ਸੁਣਨ, ਆਪਣੀ ਸੁਣਾਉਣ, ਫਿਰ ਇਹ ਇੰਨਾ ਇਹਨਾਂ ਨੂੰ ਡਿਸੀਜਨ ਲੈਣਾ ਚਾਹੀਦਾ। ਪਰ ਇਹਨਾਂ ਨੇ ਬਹੁਤ ਵੱਡੀ ਗਲਤੀ ਕੀਤੀ ਹੈ। ਜਿਹੜੇ ਤਾਂ ਬੰਦੇ ਸ਼ਰੇਆਮ ਫਿਰਦੇ ਸੀ ਦੂਜੀਆਂ ਪਾਰਟੀਆਂ ਦੇ ਵਿੱਚ, ਉਹਨਾਂ ਦਾ ਨਾਮ ਇਹਨਾਂ ਨੇ ਗੁਪਤ ਰੱਖ ਲਿਆ, ਕੱਢੇ ਨਹੀਂ ਬਾਹਰ। ਔਰ ਮੇਰਾ ਨਾਮ ਔਰ 7 ਵਾਰਡ ਦੀ ਮੈਡਮ ਸੰਦੀਪ ਕੌਰ ਕੌਂਸਲਰ ਮੌਜੂਦਾ, ਉਹਨੂੰ ਬਾਹਰ ਕੱਢਿਆ।
ਜਿਹੜੇ ਹੋਰ ਇਨਸਾਨ ਫਿਰਦੇ ਸੀ ਉਹਨਾਂ ਉਹ ਇਹਨਾਂ ਦੀ ਨਿਗਾਹ ਦੇ ਵਿੱਚ ਨਹੀਂ ਆਏ ਹੈਗੇ। ਉਹਨਾਂ ਨੂੰ ਕਿਉਂ ਲੁਕਵਾਇਆ ਜਿਹੜੇ ਸਰਿਆਂ ਫਿਰਦੇ ਸੀ? ਮੈਨੂੰ ਇਸ ਗੱਲ ਦਾ ਦੁੱਖ ਆ ਕਿਉਂਕਿ ਮੈਂ ਕਿਸੇ ਪਾਰਟੀ ਦੀ ਵਿਰੋਧ ਤਾਂ ਨਹੀਂ ਕੀਤੀ, ਮੈਂ ਕਿਸੇ ਪਾਰਟੀ ਦੇ ਨਾਲ ਤੁਰੀ ਨਹੀਂ, ਮੈਂ ਕਿਸੇ ਦੇ ਘਰ ਨਹੀਂ ਗਈ, ਮੈਂ ਆਪਣੀ ਵੋਟ ਦਾ ਹੱਕ ਸੀ ਮੇਰਾ, ਮੈਂ ਆਪਣੀ ਵੋਟ ਜਿੱਥੇ ਮੈਂ ਕਾਂਗਰਸ ਪਾਰਟੀ ਨੂੰ ਪਾਉਣੀ ਸੀ ਮੈਂ ਉੱਥੇ ਵੋਟ ਆਪਣੀ ਪਾਈ ਆ। ਅਸੀਂ ਬਚਪਨ ਤੋਂ, ਮੈਂ 40-48 ਸਾਲ ਦੀ ਹੋ ਚੱਲੀ ਹਾਂ, ਬਚਪਨ ਤੋਂ ਹੀ ਅਸੀਂ ਕਾਂਗਰਸ ਪਾਰਟੀ ਨੂੰ ਬਲੌਕ ਕਰਦੇ ਆਏ ਹਾਂ। ਪਰ ਇਹਨਾਂ ਨੇ ਬਹੁਤ ਵੱਡੀ ਗਲਤੀ, ਬਹੁਤ ਵੱਡਾ ਧੋਖਾ, ਦਗਾ ਕੀਤਾ ਇਹਨਾਂ ਨੇ ਮੇਰੇ ਨਾਲ। ਬੜੇ ਮਾਣ ਦੀ ਗੱਲ ਆ ਵੀ ਜਦੋਂ ਲੋਕ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦਿੰਦੇ ਨੇ, ਸ਼੍ਰੋਮਣੀ ਅਕਾਲੀ ਦਲ ਦਾ ਪਰਿਵਾਰ 'ਚ ਵਾਧਾ ਹੁੰਦਾ ਤਾਂ ਯਕੀਨਨ ਤੌਰ 'ਤੇ ਹਰੇਕ ਪਾਰਟੀ ਨਾਲ ਜੁੜਿਆ ਜਿਹੜਾ ਵਰਕਰ ਆ ਉਹ ਮਾਣ ਮਹਿਸੂਸ ਕਰਦਾ ਆ। ਚੰਗੀ ਗੱਲ ਆ ਕਿਉਂਕਿ ਜਿਹੜੇ ਮੈਡਮ ਸੁਰਿੰਦਰ ਕੌਰ ਜੀ ਕੌਫੀ ਨੇ ਇਹ ਮੌਜੂਦਾ ਕੌਂਸਲਰ ਨੇ, ਅਤੇ ਉਸ ਤੋਂ ਵੱਡੀ ਗੱਲ ਇਹ ਆ ਵੀ ਇਹਨਾਂ ਨੇ ਜਦੋਂ ਇਹ ਅਕਾਲੀ ਦਲ ਤੋਂ ਪਹਿਲਾਂ ਕਾਂਗਰਸ ਪਾਰਟੀ ਸੀ, ਬੜੇ ਤਨਦੇਈ ਨਾਲ ਉਸ ਪਾਰਟੀ ਲਈ ਕੰਮ ਕੀਤਾ, ਮਿਹਨਤ ਕੀਤੀ, ਦਿਨ ਰਾਤ ਇੱਕ ਕੀਤਾ, ਕਿਉਂਕਿ ਸ਼ਹਿਰ ਦੇ ਵਸਨੀਕ ਹੋਣ ਕਰਕੇ ਅਸੀਂ ਇੱਕ ਦੂਜੇ ਨੂੰ ਮਿਲਦੇ ਰਹਿੰਦੇ ਸੀ। ਸੋ ਉਹਨਾਂ ਬੰਦਿਆਂ ਦੀ ਹਮੇਸ਼ਾ ਕਦਰ ਹੁੰਦੀ ਆ ਜਿਹੜੀ ਕਿਸੇ ਵਿਚਾਰਾਂ ਅਤੇ ਸਿਧਾਂਤਾਂ 'ਤੇ ਚੱਲਦੇ, ਉਹਨਾਂ ਵਿੱਚੋਂ ਇਹ ਮੈਡਮ ਸੁਰਿੰਦਰ ਕੌਰ ਜੀ ਕੌਫੀ ਸੀ। ਅਤੇ ਅੱਜ ਬੜਾ ਮਾਣ ਮਹਿਸੂਸ ਹੁੰਦਾ ਕਿਉਂਕਿ ਜਦੋਂ ਸ਼੍ਰੋਮਣੀ ਅਕਾਲੀ ਦਲ 'ਚ ਅੱਜ ਇਹ ਆਏ ਨੇ, ਸਾਨੂੰ ਇਹ ਪਤਾ ਵੀ ਜਿੱਥੇ ਅਸੀਂ ਸ਼ਹਿਰ ਦੇ ਵਿੱਚ ਮਜ਼ਬੂਤ ਹੋਏ ਹਾਂ ਉੱਥੇ ਆਲੇ ਦੁਆਲੇ ਏਰੀਏ ਦੇ ਵਿੱਚ ਵੀ ਇਸ ਚੀਜ਼ ਦਾ ਬਹੁਤ ਵੱਡਾ ਅਸਰ ਪਏਗਾ, ਕਿਉਂਕਿ ਇਹ ਪੁਰਾਣੇ ਉਹ ਚਿਹਰੇ ਨੇ ਜਿਹੜੇ ਮਿਹਨਤ ਕਰਕੇ ਆਪਣੀ ਜ਼ਿੰਦਗੀ ਦੇ ਵਿੱਚ ਵੀ ਸਫਲ ਹੋਏ ਨੇ ਅਤੇ ਸਿਆਸੀ ਤੌਰ 'ਤੇ ਵੀ ਸਫਲ ਹੋਏ ਨੇ। ਇਹਨੇ ਇੱਕ ਗੱਲ ਜ਼ਰੂਰ ਸਾਬਤ ਕਰਤੀ ਕਿ ਜਿਹੜੀ ਮੌਜੂਦਾ ਕਾਂਗਰਸ ਪਾਰਟੀ ਆ, ਜਿੱਥੇ ਕਿ ਉੱਥੇ ਲੋਕਾਂ ਦੇ ਸਿਰ ਨੂੰ ਚੜ੍ਹ ਕੇ ਸੱਤਾ ਬੋਲ ਰਹੀ ਆ ਅੱਜ, ਜਾਂ ਜੋ ਪਿਛਲੇ ਰਿਜ਼ਲਟ ਆਏ ਨੇ ਬੋਲ ਰਹੇ ਨੇ, ਉਹਨਾਂ ਨੇ ਵਰਕਰਾਂ ਦੀ ਕਦਰ ਕਰਨੀ ਬੰਦ ਕਰਤੀ, ਉਹਨਾਂ ਨੇ ਆਪਣੇ ਜਿਹੜੇ ਉਹ ਗਰਾਸ ਰੂਟ 'ਤੇ ਬੰਦੇ ਕੰਮ ਕਰਕੇ ਪਾਰਟੀ ਨੂੰ ਦਿਨ ਰਾਤ ਇੱਕ ਕਰਕੇ ਖੜ੍ਹੇ ਕਰਨ ਵਾਲੇ ਨੇ, ਉਹਨਾਂ ਨੂੰ ਪੁੱਛਣਾ ਬੰਦ ਕਰਤਾ, ਅਤੇ ਉਸੇ ਗੱਲ ਦਾ ਨਤੀਜਾ ਆ। ਅਤੇ ਮੈਂ ਸਮੁੱਚੇ ਸ਼੍ਰੋਮਣੀ ਅਕਾਲੀ ਦਲ ਹਲਕਾ ਸਮਰਾਲਾ ਵੱਲੋਂ ਇਹਨਾਂ ਦਾ ਜਿੱਥੇ ਮੈਡਮ ਸੁਰਿੰਦਰ ਕੌਰ ਕੌਫੀ ਜੀ ਦਾ ਪਾਰਟੀ ਦੇ ਵਿੱਚ ਸਵਾਗਤ ਕਰਦਾ ਅਤੇ ਵਿਸ਼ਵਾਸ ਦਿਵਾਉਂਦਾ ਵੀ ਇਹਨਾਂ ਨੂੰ ਬਣਦਾ ਮਾਣ ਸਤਿਕਾਰ ਪਾਰਟੀ ਦਿੱਤਾ ਜਾਊਗਾ, ਸਮੁੱਚੀ ਸ਼੍ਰੋਮਣੀ ਅਕਾਲੀ ਦਲ ਦੀ ਟੀਮ ਇਹਨਾਂ ਦੇ ਨਾਲ ਰੱਖ ਕੇ ਨਾਲ ਲੱਗੂਗੀ ਅਤੇ ਸ਼ਹਿਰ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਤਕੜਾ ਕਰੂ। ਦੇਖੋ ਜਿੱਥੇ ਵੀ ਆਪਾਂ ਨਿਗਾਹ ਮਾਰਦੇ ਹਾਂ, ਜਦੋਂ ਕਈ ਵਾਰ ਨਾ ਨਵਾਂ 9 ਦਿਨ ਪੁਰਾਣਾ 100 ਦਿਨ ਵਾਲੀ ਕਹਾਵਤ ਕਹਿਣੀ ਮੈਂ ਚਾਹੂੰਗਾ ਇੱਥੇ, ਕਿਉਂਕਿ ਹੁੰਦਾ ਕੀ ਆ ਜਦੋਂ ਕੋਈ ਨਵਾਂ ਆਉਂਦਾ ਕਈ ਵਾਰ ਸਾਨੂੰ ਚਮਕ ਧਮਕ ਦੇਖ ਕੇ ਅਸੀਂ ਗੱਲਾਂ 'ਚ ਆ ਜਾਂਦੇ ਹਾਂ, ਪਰ ਜਿਹੜੇ ਲੋਕ ਇੱਥੇ ਵੱਸਦੇ ਨੇ, ਜਿਹੜੇ ਲੋਕ ਇੱਥੇ ਰਹਿੰਦੇ ਨੇ, ਉਹ ਸਾਨੂੰ ਵੀ ਚੰਗੀ ਤਰ੍ਹਾਂ ਜਾਣਦੇ ਨੇ, ਉਹ ਲੋਕ ਜਿਹੜੇ ਇਸ ਏਰੀਆ 'ਚ ਕੰਮ ਕਰਦੇ ਨੇ ਉਹਨਾਂ ਨੂੰ ਵੀ ਚੰਗੀ ਤਰ੍ਹਾਂ ਜਾਣਦੇ ਨੇ। ਸੋ ਜਿਵੇਂ ਜਿਵੇਂ ਸਮਾਂ ਨਿਕਲੀ ਜਾਂਦਾ ਲੋਕਾਂ ਨੂੰ ਰਿਐਲਿਟੀ ਦਾ ਅਹਿਸਾਸ ਹੋਈ ਜਾਂਦਾ, ਉਸੇ ਤਰੀਕੇ ਨਾਲ ਉਹ ਜੋ ਅੱਜ ਆਪਣਾ ਕਹੀਏ ਕਾਂਗਰਸ ਨੂੰ ਛੱਡ ਛੱਡ ਦੂਸਰੀਆਂ ਪਾਰਟੀਆਂ ਦਾ ਰੁੱਖ ਕਰ ਰਹੇ ਨੇ, ਕਿਉਂਕਿ ਕਿਤੇ ਨਾ ਕਿਤੇ ਆਪਾਂ ਦੇਖੀਏ ਵੀ ਜਿਹੜੇ ਬੰਦਿਆਂ ਦੇ ਹੱਥ ਨੁਮਾਇੰਦਗੀ ਉਹਨਾਂ ਦੀ ਕੋਈ ਢਿੱਲੀ ਕਾਰਗੁਜ਼ਾਰੀ ਹੋਣੀ ਆ, ਜਿਹਦੇ ਕਰਕੇ ਸਾਰਾ ਕੁਝ ਤੁਹਾਡੇ ਸਾਹਮਣੇ ਹੋ ਰਿਹਾ।